ਦੀਆਂ ਜਿਹੜੀਆਂ ਮੰਗਾਂ ਨੇ ਉਹ ਵਾਜਬ ਨੇ ਔਰ ਜਾਇਜ਼ ਨੇ, ਕਿਉਂਕਿ ਜਿਹੜਾ ਕਹਾਣ ਪਿਛਲੀਆਂ 70 ਸਾਲ ਦੀਆਂ ਸਰਕਾਰਾਂ ਵਿੱਚ ਰਹੀਆਂ, ਚਾਹੇ ਉਹ ਅਕਾਲੀ ਦਲ ਸੀ ਚਾਹੇ ਉਹ ਕਾਂਗਰਸ ਸੀਗੀ, ਉਹ ਵਾਅਦਿਆਂ 'ਤੇ ਨਿਰਭਰ ਸੀਗਾ, ਉਸਨੂੰ ਪ੍ਰੈਕਟੀਕਲ ਨਹੀਂ ਕੀਤਾ ਗਿਆ। ਤਾਂ ਪੰਜਾਬ ਦੇ ਲੋਕਾਂ ਨੇ ਵੀ ਇੱਕ ਵਿਸ਼ਵਾਸ ਕਰਕੇ ਆਮ ਆਦਮੀ ਪਾਰਟੀ ਨੂੰ ਐਡਾ ਵੱਡਾ ਫਤਵਾ ਦਿੱਤਾ ਹੈ, ਔਰ ਲੋਕਾਂ ਨੂੰ ਉਮੀਦ ਜਾਗੀ ਹੈਗੀ ਹੈ ਕਿ ਜਿਹੜੇ ਸਾਡੇ ਕੰਮ ਨੇ ਉਹ ਹੋਣਗੇ। ਔਰ ਇਹ ਵੀ ਹੈਗਾ, ਸਾਰਿਆਂ ਨੂੰ ਪਤਾ ਕਿ ਜਿਹੜੇ ਕੰਮ ਕਦੇ ਆਪਾਂ ਸੋਚ ਵੀ ਨਹੀਂ ਸਕਦੇ, ਜਿਹੜੀਆਂ ਸਰਕਾਰਾਂ ਜਾਂਦੇ ਵਕਤ ਕੰਮ ਕਰਦੀਆਂ ਸੀਗੀਆਂ, ਆਮ ਆਦਮੀ ਪਾਰਟੀ ਨੇ ਆਉਂਦੇ ਹੀ ਉਹਨਾਂ ਕੰਮਾਂ 'ਤੇ ਲੋਪਹਿਰਾ ਦਿੱਤਾ, ਚਾਹੇ ਉਹ ਨੌਕਰੀ ਦਾ ਵਿਸ਼ਾ ਹੋਵੇ, ਚਾਹੇ ਉਹ ਕਰਪਸ਼ਨ ਦਾ ਬਹੁਤ ਹੀ ਅਹਿਮ ਮੁੱਦਾ ਸੀਗਾ ਕਿ ਜਿਸ ਤੋਂ ਪੰਜਾਬ ਜਿਹੜਾ ਬੜੀ ਡੂੰਘੀ ਦਲਦਲ ਦੇ ਵਿੱਚ ਫਸਿਆ ਹੋਇਆ ਸੀਗਾ, ਉਸ ਨੂੰ ਹੁਣ ਵੀ ਅਸੀਂ ਕੰਟੀਨਿਊਜ਼ ਕਰ ਰਹੇ ਹਾਂ ਔਰ ਲਗਾਤਾਰ ਲੱਗੇ ਹੋਏ ਹਾਂ। ਜੇ ਕੋਈ ਸਾਨੂੰ ਇੱਦਾਂ ਦਾ ਆਉਂਦਾ ਹੈ ਕਿ ਕਿਸੇ ਪਾਸੇ ਕੋਈ ਕਰਪਸ਼ਨ ਦਿਖਾਈ ਦਿੰਦੀ ਹੈ, ਤਾਂ ਨਾਲ ਦੀ ਨਾਲ ਹੀ ਉਸ 'ਤੇ ਬਣਦੀ ਜਿਹੜੀ ਉਹ ਕਾਰਵਾਈ ਉਹ ਕੀਤੀ ਜਾ ਰਹੀ ਹੈ। ਜਿਹੜਾ ਹੈਗਾ ਇਹਨਾਂ ਨੇ ਅੱਜ ਕਿਸਾਨਾਂ ਨੇ ਦਿੱਤਾ ਕਿ ਮੀਟਰਾਂ ਦੇ ਬਿੱਲਾਂ ਲਈ ਜਾਂ ਹੋਰ ਵੀ ਜਿਹੜੇ ਕੰਮ ਹੈਗੇ ਨੇ, ਤਾਂ ਉਸ 'ਤੇ ਆਮ ਆਦਮੀ ਪਾਰਟੀ ਬਿਲਕੁਲ ਪਹਿਰਾ ਦੇਊਗੀ, ਕਿਉਂਕਿ ਲੋਕਾਂ ਦੇ ਦੁਆਰਾ ਚੁਣੀ ਹੋਈ ਸਰਕਾਰ ਹੈ, ਲੋਕਤੰਤਰ ਹੈ, ਜੋ ਲੋਕ ਚੰਗਾ ਸਮਝਣਗੇ ਉਹ ਕੰਮ ਹੋਊਗਾ। ਮੈਂ ਵੀ ਇਹਨਾਂ ਦੇ ਨਾਲ ਦੇਖੋ, ਚਿੱਪ ਵਾਲਾ ਜਿਹੜਾ ਹੈਗਾ ਉਹ ਸੈਂਟਰ ਗੌਰਮੈਂਟ ਦਾ, ਪੰਜਾਬ ਗੌਰਮੈਂਟ ਨੇ ਤਾਂ ਕਰਿਆ ਹੀ ਨਹੀਂ ਹੈਗਾ, ਪੰਜਾਬ ਗੌਰਮੈਂਟ ਦੀ ਤਾਂ ਪੁਲਿਸ ਹੀ ਨਹੀਂ ਹੈਗੀ। ਇਹ ਖੜੇ ਨੇ ਭਰਾ ਔਰ ਚੰਗਾ ਹੀ ਕਰ ਰਹੇ ਨੇ, ਵਧੀਆ ਹੀ ਕਰ ਰਹੇ ਨੇ, ਕੋਈ ਮਾੜਾ ਨਹੀਂ ਕਰ ਰਹੇ। ਨਹੀਂ, ਸਾਡੇ ਮਾਨ ਸਾਹਿਬ ਨੇ ਕਿਹਾ, ਪੰਜਾਬ ਦੇ ਲੋਕਾਂ ਨੂੰ ਅਪੀਲ ਕਰੀ ਹੈ ਕਿ ਤੁਸੀਂ ਸਾਨੂੰ ਥੋੜ੍ਹਾ ਜਿਹਾ ਟਾਈਮ ਤਾਂ ਦੇ ਦਿਓ, 1 ਮਹੀਨਾ ਹੋਇਆ ਹੈ ਨਾ, ਟਾਈਮ ਦਿਓ। ਟਾਈਮ ਬੀਤਣ ਤੋਂ ਬਾਅਦ 'ਚ ਫਿਰ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਕੀਤਾ ਕੁਛ ਨਹੀਂ। ਅਜੇ 1 ਮਹੀਨਾ ਕਿਹੜੀ ਪੈਨਸ਼ਨ ਜੀ? ਨਹੀਂ ਹੋਏਗਾ, ਸਾਰਾ ਕੁਛ ਹੋਏਗਾ। ਮੈਂ ਤੁਹਾਨੂੰ ਕਹਿ ਗਿਆ ਕਿ ਉਸ ਦੇ ਲਈ ਸਾਨੂੰ ਸਮਾਂ ਦਿਓ, ਅਸੀਂ ਸਮਾਂ ਮੰਗ ਰਹੇ ਹਾਂ ਪੰਜਾਬ ਦੇ ਲੋਕਾਂ ਕੋਲੋਂ ਕਿ ਸਾਨੂੰ ਥੋੜ੍ਹਾ ਜਿਹਾ ਸਮਾਂ ਦਿਓ, ਸਾਰੇ ਜਿਹੜੇ ਕੰਮ ਨੇ ਉਹ ਆਮ ਆਦਮੀ ਪਾਰਟੀ ਕਰੇਗੀ। ਥੈਂਕ ਯੂ, ਵੈਲਕਮ। ਸਾਹਮਣੇ ਦੇਖੋ, ਇੱਕ ਮਿੰਟ ਬੜੇ ਜੀ, ਕਬੱਡੀ ਦੀ ਹੋ ਜਾਣਦੇ ਹੁਣ ਵੀਡੀਓ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਇੱਥੇ ਮੰਗ ਪੱਤਰ ਦਿੱਤੇ ਗਏ ਆ, ਉਹ ਪੰਜਾਬ ਸਰਕਾਰ ਦੇ ਨਾਲ ਹੀ ਸੰਬੰਧਿਤ ਸੀਗੇ ਜਾਂ ਕੇਂਦਰ ਸਰਕਾਰ? ਹਾਂਜੀ, ਕੁਝ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਜੀ, ਕੁਝ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ। ਜਿਸ ਤਰ੍ਹਾਂ ਕਿ MSP ਦੀ ਕਮੇਟੀ ਬਣਾਉਣ ਬਾਰੇ, ਉਹ ਕੇਂਦਰ ਸਰਕਾਰ ਨਾਲ ਹੈ ਜੀ, ਅਤੇ ਜਿਹੜੀ ਇਹ ਵੀ ਕੇਂਦਰ ਦੇ ਜਾਂ ਪੰਜਾਬ ਸਰਕਾਰ ਦੇ ਦੋਨਾਂ ਨਾਲ ਹੀ ਹੈ। ਜਿਹੜੀ ਕਣਕ ਦਾ ਝਾੜ ਨਿਕਲ ਘੱਟ ਨਿਕਲਿਆ, ਉਹਦੇ 300 ਰੁਪਈਆ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਕੀਤੀ ਜਾ ਰਹੀ ਹੈ ਜੀ। ਅਤੇ ਜਿਵੇਂ ਕੁਛ ਬਿਜਲੀ ਦੇ ਕਨੈਕਸ਼ਨਾਂ ਬਾਰੇ ਹੈ, ਉਹ ਪੰਜਾਬ ਸਰਕਾਰ ਦੇ ਨਾਲ ਰਿਲੇਟਡ ਨੇ, ਉਹ ਮੰਗਾਂ ਨੇ ਜੀ ਸਾਡੀਆਂ ਮੇਨ 10 ਮੰਗਾਂ ਨੇ। ਅਤੇ MLA ਸਾਹਿਬ ਨੂੰ ਮੰਗ ਪੱਤਰ ਦਿੱਤਾ, ਉਹਨਾਂ ਨੇ ਵੀ ਭਰੋਸਾ ਦਵਾਇਆ ਵੀ ਸਾਨੂੰ ਥੋੜ੍ਹਾ ਜਿਹਾ ਟਾਈਮ ਦਿਓ, ਅਸੀਂ ਸਾਰੀਆਂ ਮੰਗਾਂ 'ਤੇ ਗੌਰ ਕਰਕੇ ਪੂਰੀਆਂ ਕਰਾਂਗੇ। ਹਾਂਜੀ, ਉਹਦੇ 'ਚ ਕੁਛ ਤਬਦੀਲੀ ਹੈ, ਜਿਵੇਂ ਇਹਨਾਂ ਨੇ ਸੈਂਟਰ ਸਰਕਾਰ ਨੇ ਚਿੱਪ ਵਾਲੇ ਮੀਟਰ ਭੇਜੇ ਨੇ, ਵੀ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ 300 ਯੂਨਿਟ ਅਸੀਂ ਬਿਜਲੀ ਫ੍ਰੀ ਦੇਵਾਂਗੇ, ਉਹ ਤਾਂ ਮਿਲੇਗੀ ਜੇ ਤੁਸੀਂ ਇਹ ਮੀਟਰ ਲਵਾਓਗੇ ਤਾਂ। ਅਤੇ ਉਹ ਮੀਟਰ ਦਾ ਸਾਨੂੰ ਪਤਾ ਵੀ ਜਿਸ ਤਰ੍ਹਾਂ ਪਹਿਲਾਂ ਇਹਨਾਂ ਨੇ ਸਿਲੰਡਰਾਂ 'ਤੇ ਕੀਤਾ ਸੀਗਾ ਵੀ ਸਬਸਿਡੀ ਤੁਹਾਡੇ ਖਾਤਿਆਂ 'ਚ ਪਾਵਾਂਗੇ, ਉਹ 300 ਯੂਨਿਟ 'ਤੇ ਨਹੀਂ ਮਿਲਣੀ ਜੀ ਕਿਸੇ ਨੂੰ, ਇਸ ਕਰਕੇ ਅਸੀਂ ਉਹਦਾ ਵਿਰੋਧ ਕਰਦੇ ਹਾਂ, ਅਸੀਂ ਉਹ ਮੀਟਰ ਲੱਗਣ ਹੀ ਨਹੀਂ ਦੇਣਾ ਜੀ। ਹਾਂ ਬਿਲਕੁਲ, ਉਹ ਜੀ ਰੀਚਾਰਜ ਕਰਨੇ ਪੈਣਗੇ, ਮੋਬਾਈਲ ਵਾਲਾ ਕੰਮ ਹੋਏਗਾ ਜੀ, ਪੈਸੇ ਪਾਓਗੇ ਤੁਹਾਡੀ ਲਾਈਟ ਆ ਜਾਏਗੀ, ਨਹੀਂ ਤਾਂ ਹੋਏਗੀ ਲਾਈਟ ਬੰਦ ਹੋ ਜਾਏਗੀ। ਇਸ ਕਰਕੇ ਅਸੀਂ ਬਿਲਕੁਲ ਸਾਰਿਆਂ ਦਾ ਵਿਰੋਧ ਕਰਕੇ ਅਸੀਂ ਮੀਟਰ ਨਹੀਂ ਲੱਗਣ ਦੇਣਾ ਜੀ, ਇਹਦਾ ਵਿਰੋਧ ਕਰਾਂਗੇ ਪੂਰੀ ਜ਼ੋਰ। ਇਹ ਸਾਨੂੰ ਸੰਯੁਕਤ ਮੋਰਚੇ ਦੇ ਵਿੱਚ ਪੂਰਾ MSP 'ਤੇ ਹਫ਼ਤਾਵਾਰ ਮਨਾਉਣ ਦੀ ਸਾਡੀ ਜਥੇਬੰਦੀ ਹੈ ਜੋ ਜਿਹੜੀ ਉਹ ਮਤਲਬ ਚੱਲ ਰਿਹਾ ਆਪਣਾ, 10 ਤਰੀਕ ਤੋਂ ਚੱਲੇ ਹੋਏ ਨੇ, 14 ਆਪਣੀ ਲਾਸਟ ਹੈਗੀ।
उस तो वो संबंध में अज अपने क्रांतिकारी किसान यूनियन की पटियाले जिले की वारी सी अपने जितते हुए विधायकों सारे ने मंग पत्र देने से एम एस पी संबंधी जिहड़ियां कि दूजियां दालां ने जिवें सब्जियां दालां इन्हां ते एम एस पी लागू कराउण संबंधी जां जिहड़े मीटर ने स्मार्ट मीटर लग रहे ने इह वी असीं नहीं लगण देणे इहदे संबंध च वी उह कणक बहुत घट निकल रही है वी सरकार नूं कहिंदे वी 300 रुपया बोनस दित्ता जावे तां कि जिमीदार दा थोड़ा घर पूरा हो सके। ये सारे पंजाब सरकार दे संबंधित ने जी वी जिहड़ी अपनी सेंटर खरीद रही है वी जिहड़ा घाटा है उह पंजाब सरकार पूरा करे। मीटर तो अभी लगन नहीं देने जी, बाकी रही अपने एम एल ए साहब ने भी हूँ कहा भी असं किसानों के नाल हाँ मीटर नहीं लगन देने क्योंकि असं कितों बिल भरेंगे जी, साढ़े तो खेतों से पाने खाद जोगे पैसे नहीं बचे हूँ कणक जिहड़े हिसाब नाल निकल रही है 8-8 किलों जो एक ट्राली निकल रही है जिम्मेदार इन्ना बुरा चक्या के मीटर ला रहे हैं असं पट के सट देने सेंटर सरकार अपनी हरकतों तो बाज आए ता कि सूँ दोबारा मतलब होर संघर्ष तेज ना करना पवे।